ਹੈਲੋ एवरीवन वेलकम टू माय चैनल सुरेश ਤਗਪਤ ਡੀਅਰ ਸਟੂਡੈਂਟਸ ਇਗਜ਼ਾਮ ਦੇ ਵਿੱਚ ਤੁਹਾਨੂੰ ਇੱਕ ਅਨਸੀਨ ਪੈਸੇਜ ਆਉਂਦਾ ਤੇ ਨਾਲ ਮਲਟੀਪਲ ਚੁਆਇਸ ਕੁਐਸਚਨਸ ਦਿੱਤੇ ਹੁੰਦੇ ਆ ਜਿਹੜੇ ਕਿ ਜਿੰਨਾਂ ਦੇ ਆਨਸਰ ਤੁਸੀਂ ਉਸ ਪੈਸੇਜ ਦੇ ਬੇਸ ਤੇ ਦੇਣੇ ਹੁੰਦੇ ਆ ਤਾਂ ਬੇਟਾ ਕਲਾਸ ਕੋਈ ਵੀ ਹੋਵੇ ਹਰ ਕਲਾਸ ਦੇ ਵਿੱਚ ਇਹ ਅਨਸੀਨ ਪੈਸੇਜ ਆਉਂਦਾ ਹੀ ਹੈ ਤਾਂ ਤੁਸੀਂ ਇਸ ਅਨਸੀਨ ਪੈਸੇਜ ਨੂੰ ਪੜ੍ਹ ਕੇ ਆਨਸਰਸ ਕਿਵੇਂ ਦੇਣੇ ਆ ਅੱਜ ਆਪਾਂ ਇਹ ਸਿੱਖਾਂਗੇ ਇਸ ਵੀਡੀਓ ਦੇ ਵਿੱਚ ਤਾਂ ਬੇਟਾ ਸਭ ਤੋਂ ਪਹਿਲਾ ਕੰਮ ਹੈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਵੀ ਸਾਨੂੰ ਅਨਸੀਨ ਪੈਸੇਜ ਐਗਜ਼ਾਮ ਦੇ ਵਿੱਚ ਦਿੱਤਾ ਗਿਆ ਹੈ ਉਹ ਕਾਦੇ ਬਾਰੇ ਹੈ ਤੁਸੀਂ ਪੈਸੇਜ ਨੂੰ ਧਿਆਨ ਦੇ ਨਾਲ ਪੜ੍ਹਨਾ ਹੈ ਤੇ ਜਿੰਨੀ ਕਿ ਤੁਹਾਨੂੰ ਸਮਝ ਆਵੇ ਇੰਨਾ ਕਿ ਜ਼ਰੂਰ ਸਮਝ ਲੈਣਾ ਕਿ ਇਸ ਪੈਸੇਜ ਦੇ ਵਿੱਚ ਕਿਸ ਬਾਰੇ ਗੱਲ ਕੀਤੀ ਗਈ ਹੈ ਤੁਸੀਂ ਚਾਹੋ ਤਾਂ ਕੁਐਸਚਨਸ ਵੀ ਪਹਿਲਾਂ ਰੀਡ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਪੈਸੇਜ ਵੀ ਪਹਿਲਾਂ ਰੀਡ ਕਰ ਸਕਦੇ ਹੋ ਲੇਕਿਨ ਜਦੋਂ ਤੱਕ ਤੁਸੀਂ ਪੈਸੇਜਸ ਨੂੰ ਅੱਛੀ ਤਰ੍ਹਾਂ ਪੜੋਗੇ ਨਹੀਂ ਉਹਨੂੰ ਸਮਝੋਗੇ ਨਹੀਂ ਤਾਂ ਤੁਹਾਨੂੰ ਆਨਸਰ ਦੇਣੇ ਕਾਫੀ ਜ਼ਿਆਦਾ ਮੁਸ਼ਕਲ ਹੋਣਗੇ ਬੇਟਾ ਪੈਸੇਜਸ ਦੀਆਂ ਪਹਿਲੀਆਂ ਇੱਕ ਦੋ ਲਾਈਨਸ ਪੜ੍ਹ ਕੇ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਪੈਸੇਜਸ ਕਾਦੇ ਬਾਰੇ ਹੈ ਸੋ ਧਿਆਨ ਦੇ ਨਾਲ ਪੈਸੇਜ ਪੜ੍ਹਨ ਤੋਂ ਬਾਅਦ ਫਿਰ ਅਸੀਂ ਆਨਸਰਸ ਵੱਲ ਜਾਣਾ ਹੈ ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਹੈ ਸਮਝਣਾ ਹੈ ਕਿ ਕੁਐਸਚਨ ਚ ਕੀ ਪੁੱਛਿਆ ਗਿਆ ਉਸ ਤੋਂ ਬਾਅਦ ਉਸੀਆਂ ਆਪਸ਼ਨਸ ਨੂੰ ਪੜ੍ਹਨਾ ਤੁਸੀਂ ਜਿਹੜੀਆਂ ਆਪਸ਼ਨਸ ਤੁਹਾਨੂੰ ਲੱਗਣ ਕਿ ਬਿਲਕੁਲ ਹੀ ਰੋਂਗ ਐ ਉਹਨਾਂ ਨੂੰ ਤੁਸੀਂ ਪਹਿਲੇ ਸਟੈਪ ਦੇ ਉੱਪਰ ਹੀ ਟੱਟ ਦਿਓ ਤਾਂ ਉਸ ਤੋਂ ਬਾਅਦ ਜਿਹੜੀਆਂ ਬਾਕੀ ਬਚੀਆਂ ਹੋਈਆਂ ਆਪਸ਼ਨਸ ਐ ਉਹਨਾਂ ਦੇ ਉੱਪਰ ਧਿਆਨ ਦੇਣਾ ਤਾਂ ਬੇਟਾ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਇਹ ਪੈਸੇਜ਼ ਲਿਆ ਐ ਇਸ ਦੀਆਂ ਪਹਿਲੀ ਇੱਕ ਦੋ ਲਾਈਨਸ ਪੜ੍ਹ ਕੇ ਆਪਾਂ ਨੂੰ ਇਹ ਪਤਾ ਲੱਗ ਜਾਏਗਾ ਕਿ ਇਹ ਪੈਸੇਜ਼ ਕਾਦੇ ਬਾਰੇ ਐ ਸੋ ਲੈਟਸ ਰੀਡ ਵਨ ਆਫ ਹੈਵਨਸ ਬੈਸਟ ਗਿਫਟਸ ਟੂ ਮੈਨ ਇਜ਼ ਹਿਊਮਰ ਫਾਰ ਇਟ ਐਡਸ ਇਨੋਸੈਂਟ ਪਲੇਅਰ ਟੂ ਲਾਈਫ both in health and sickness and helps to promote good feelings among people in their daily dealings with the one another tabeta joiye apa is line padi hai to sanu ye pata lagda paya ki is passages de vich sari gall humor di kiti gayi hai humor de naal sambandhit hai eh dassya gaya hai ki humor da sadi life de vich ki role hai ਤੇ ਹੁਣ ਆਪਾਂ ਦੋ ਤਿੰਨ ਕੁਐਸਚਨ ਰੀਡ ਕਰਕੇ ਉਸ ਤੋਂ ਬਾਅਦ ਪੈਸੇਜ ਨੂੰ ਰੀਡ ਕਰਕੇ ਪੈਸੇਜ ਨੂੰ ਅੰਡਰਸਟੈਂਡ ਕਰਾਂਗੇ ਤੇ ਕੁਐਸਚਨਸ ਦੇ ਆਨਸਰਸ ਫਾਈਂਡ ਕਰਾਂਗੇ ਸੋ ਕੁਐਸਚਨ ਨੰਬਰ 1 ਇਜ਼ ਵਾਟ ਡਸ ਹਿਊਮਰ ਐਡ ਟੂ ਲਾਈਫ ਹਿਊਮਰ ਸਾਡੀ ਲਾਈਫ ਦੇ ਵਿੱਚ ਕੀ ਚੀਜ਼ ਐਡ ਕਰਦਾ ਹੈ ਕੁਐਸਚਨ ਨੰਬਰ 2 ਹਿਊਮਰ ਹੈਲਪਸ ਟੂ ਪ੍ਰੋਮੋਟ ਗੁੱਡ ਫੀਲਿੰਗਸ ਇਨ आवर ਹਿਊਮਰ ਸਾਡੀ ਕਿਸ ਚੀਜ਼ ਦੇ ਵਿੱਚ ਗੁੱਡ ਫੀਲਿੰਗਸ ਨੂੰ ਪ੍ਰੋਮੋਟ ਕਰਨ 'ਚ ਹੈਲਪ ਕਰਦਾ ਹੈ ਵਟ ਇਜ਼ ਚੀਫਲੀ ਕਨਸਰਨਡ ਵਿਦ ਵਿਟ ਬੁੱਧੀ ਹੈ ਜਿਹੜੀ ਉਹ ਮੁੱਖ ਤੌਰ ਤੇ ਕਿਸ ਨਾਲ ਸੰਬੰਧਿਤ ਹੈ ਤੇ ਹੁਣ ਆਪਾਂ ਇਸ ਪੈਸੇਸ ਨੂੰ ਰੀਡ ਕਰਕੇ ਪੈਸੇਸ ਨੂੰ ਸਮਝਾਂਗੇ ਤੇ ਕੁਐਸਚਨਸ ਦੇ ਆਨਸਰ ਫਾਈਂਡ ਕਰਾਂਗੇ ਪੈਸੇਸ ਰੀਡ ਕਰਦੇ ਹਾਂ ਵਨ ਆਫ ਹੈਵਨਸ ਬੈਸਟ ਗਿਫਟਸ ਟੂ ਮੈਨ ਇਜ਼ ਹਿਊਮਰ ਇਨਸਾਨ ਨੂੰ ਸਵਰਗ ਦਾ ਸਭ ਤੋਂ ਉੱਤਮ ਤੋਹਫਾ ਹਿਊਮਰ ਹੈ ਹਾਸਾ ਹੈ ਫੋਰ ਇਟ ਐਡਸ ਇਨੋਸੈਂਟ ਪਲੇਅਰ ਟੂ ਲਾਈਫ ਬੋਥ ਇਨ ਹੈਲਥ ਐਂਡ ਸਿਕਨਸ ਕਿਉਂਕਿ ਕੋਈ ਵਿਅਕਤੀ ਚਾਹੇ ਤਾਂ ਤੰਦਰੁਸਤ ਹੋਵੇ ਤੇ ਚਾਹੇ ਬਿਮਾਰ ਹੋਵੇ ਇਹ ਉਹਦੀ ਜੀਵਨ ਦੇ ਵਿੱਚ ਖੁਸ਼ੀ ਨੂੰ ਜੋੜਦਾ ਹੈ ਸੋ ਕੁਐਸਚਨ ਨੰਬਰ 1 ਦੇਖਦੇ ਹਾਂ ਵਟ ਡਸ ਹਿਊਮਰ ਐਡ ਟੂ ਲਾਈਫ ਤਾਂ ਆਪਣਾ ਆਨਸਰ ਆ ਰਿਹਾ ਇਨੋਸੈਂਟ ਪਲੇజర్ ਐਂਡ ਹੈਲਪਸ ਟੂ ਪ੍ਰੋਮੋਟ ਗੁੱਡ ਫੀਲਿੰਗਸ ਅਮੰਗ ਪੀਪਲ ਇਨ देयर ਡੇਲੀ ਡੀਲਿੰਗਸ ਵਿਦ ਵਨ ਅਨਦਰ ਤੇ ਲੋਕਾਂ ਦੀ ਜੋ ਇੱਕ ਦੂਸਰੇ ਦੇ ਨਾਲ ਡੇਲੀ ਡੀਲਿੰਗ ਹੈ ਉਹਦੇ ਵਿੱਚ ਵੀ ਇਹ achhiyan feelings ਨੂੰ promote ਕਰਨ ਦੇ ਵਿੱਚ help ਕਰਦਾ ਹੈ। ਕੁਐਸਚਨ ਨੰਬਰ 2 ਦੇਖਦੇ ਹਾਂ। ਹਿਊਮਰ ਹੈਲਪਸ ਟੂ ਪ੍ਰੋਮੋਟ ਗੁੱਡ ਫੀਲਿੰਗਸ ਇਨ आवर ਚਾਰ ਆਪਸ਼ਨਸ ਦਿੱਤੀਆਂ ਹਨ ਡੇਲੀ ਐਕਟੀਵਿਟੀਆਂ ਰੋਜ਼ਾਨਾ ਗਤੀਵਿਧੀਆਂ, ਡੇਲੀ ਬਿਹੇਵੀਅਰ ਰੋਜ਼ ਦਾ ਬਿਹੇਵੀਅਰ, ਡੇਲੀ ਡਿਊਟੀਆਂ ਤੇ ਡੇਲੀ ਡੀਲਿੰਗਸ ਤਾਂ ਸਾਡੀ ਜਿਹੜੀ ਰਾਈਟ ਚੁਆਇਸ ਆ ਰਹੀ ਹੈ ਉਹ ਹੈ ਡੇਲੀ ਡੀਲਿੰਗਸ। think for a moment what life would be if there were no humor or wit in the world ਇੱਕ ਪਲ ਹੀ ਸੋਚੋ ਕਿ ਜ਼ਿੰਦਗੀ ਕੀ ਹੁੰਦੀ ਜੇ ਦੁਨੀਆ ਦੇ ਵਿੱਚ ਹਾਸਾ ਨਾ ਹੁੰਦਾ ਨੋ ਲਾਫਟਰ ਨੋ ਫਨ ਮਜ਼ਾ ਨਾ ਹੁੰਦਾ ਕੋਈ ਮਸਤੀ ਨਾ ਹੁੰਦੀ ਕੋਈ ਫਨ ਨਾ ਹੁੰਦਾ ਨਾਓ ਹਿਊਮਰ ਇਜ਼ ਨਾਟ ਦ ਸੇਮ ਥਿੰਗ ਐਜ਼ ਵਿਟ ਜਿਹੜਾ ਹਿਊਮਰ ਹੈ ਉਹ ਵਿਟ ਵਰਗਾ ਨਹੀਂ ਹੁੰਦਾ ਵਿਟ ਹੁੰਦੀ ਹੈ ਬੁੱਧੀ ਹਿਊਮਰ ਹੁੰਦਾ ਹਾਸਾ ਤਾਂ ਜਿਹੜਾ ਹਿਊਮਰ ਹੈ ਉਹ ਵਿਟ ਵਰਗਾ ਨਹੀਂ ਹੁੰਦਾ ਵਿਟ ਇਜ਼ ਕਨਸਰਨਡ ਚੀਫਲੀ ਵਿਦ ਵਰਡਸ ਵਿਟ ਦਾ ਜਿਹੜਾ ਸਬੰਧ ਹੈਗਾ ਮੁੱਖ ਤੌਰ ਤੇ ਉਹ ਸ਼ਬਦਾਂ ਦੇ ਨਾਲ ਹੁੰਦਾ ਹੈ ਵਾਈਲ ਹਿਊਮਰ ਡੀल्स ਰੈਦਰ ਵਿਦ ਸਿਚੁਏਸ਼ਨਸ ਜਦੋਂ ਕਿ ਹਿਊਮਰ ਦਾ ਸਬੰਧ ਹੈ ਜਿਹੜਾ ਉਹ ਸਥਿਤੀਆਂ ਦੇ ਨਾਲ ਹੁੰਦਾ ਹੈ ਹਾਲਾਤਾਂ ਦੇ ਨਾਲ ਹੁੰਦਾ ਹੈ ਕੁਐਸਚਨ ਨੰਬਰ 3 ਦੇਖਦੇ ਹਾਂ ਵਿਟ ਇਜ਼ ਚੀਫਲੀ ਕਨਸਰਨਡ ਵਿਦ ਚਾਰ ਆਪਸ਼ਨਸ ਦਿੱਤੀਆਂ ਵਰਡਸ ਨਾਲ ਸਿਚੁਏਸ਼ਨਸ ਆਈਡੀਆਜ਼ ਜਾਂ ਪ੍ਰੋਬਲਮਸ ਤਾਂ ਸਾਡਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਵਰਡਸ ਵਿਟ ਦਾ ਜਿਹੜਾ ਸਬੰਧ ਹੈਗਾ ਮੁੱਖ ਤੌਰ ਤੇ ਉਹ ਹੈ ਵਰਡਸ ਨਾਲ ਤੇ ਹਿਊਮਰ ਦਾ ਸਬੰਧ ਹੈ ਸਿਚੁਏਸ਼ਨਸ ਦੇ ਨਾਲ ਸੋ ਆਪਣੀ ਰਾਈਟ ਰਾਈਟ ਚੁਆਇਸ ਜਿਹੜੀ ਹੈਗੀ ਹੈ ਉਹ ਹੈ ਏ ਨੈਕਸਟ ਕੁਐਸਚਨ ਦੇਖਦੇ ਹਾਂ ਵਿਟ ਐਂਡ ਹਿਊਮਰ ਹੈਵ देयर ਦੇਸ਼ ਆਲਸੋ ਵਿਟ ਤੇ ਹਿਊਮਰ ਦੇ ਆਪਣੇ ਕੀ ਹੁੰਦੇ ਐ ਚਾਰ ਆਪਸ਼ਨ ਬੈਨੀਫਿਟਸ ਫਾਇਦੇ ਡੇਂਜਰਸ ਖਤਰੇ ਡਿਸਐਡਵਾਂਟੇਜਸ ਨੁਕਸਾਨ ਪਿਟਫਾਲਸ ਹਿਡਨ ਡੇਂਜਰਸ ਕੁਐਸਚਨ ਨੰਬਰ 5 ਦੋਸ ਹੂ ਹੈਵ ਗਿਫਟ ਆਫ ਗਿਫਟਸ ਆਫ ਵਿਟ ਐਂਡ ਹਿਊਮਰ ਮਸਟ ਅਵਾਇਡ ਉਹ ਲੋਕ ਜਿਨ੍ਹਾਂ ਕੋਲੇ ਵਿਟ ਤੇ ਹਿਊਮਰ ਦਾ ਗਿਫਟ ਹੁੰਦਾ ਹੈ ਉਹਨਾਂ ਨੂੰ ਕਿਸ ਚੀਜ਼ ਤੋਂ ਬਚਣਾ ਚਾਹੀਦਾ ਹੈ ਚਾਰ ਆਪਸ਼ਨਸ ਹੈ ਫਰੈਂਡਸ ਜਾਂ ਫਿਰ ਰਿਸਕਸ ਹੋ ਗਿਆ ਖਤਰੇ ਬਲਗੇਰਟੀ ਹੋ ਗਈ ਅਸ਼ਲੀਲਤਾ ਫਰਮ ਲੀਅਰਟੀ ਹੋਗੀ ਪਰਿਚਿਤਤਾ ਕੁਐਸਚਨ ਨੰਬਰ 6 ਵਨ ਕੈਨ ਅਕਵਾਇਰ ਦ ਰਾਈਟ ਟੇਸਟ ਫਾਰ ਵਿਟ ਐਂਡ ਹਿਊਮਰ ਬਾਏ ਕੋਈ ਵਿਅਕਤੀ ਵਿਟ ਤੇ ਹਿਊਮਰ ਦਾ ਰਾਈਟ ਟੇਸਟ ਕਿਵੇਂ ਪ੍ਰਾਪਤ ਕਰ ਸਕਦਾ ਹੈ ਸਾਡੇ ਕੋਲੇ ਚਾਰ ਆਪਸ਼ਨਸ ਹੈ ਪਲੇਇੰਗ ਕਲਾਉਨਸ ਦੂਸਰਾ ਹੈ ਜੁਆਇਨਿੰਗ ਅ ਸਰਕਸ ਪਾਰਟੀ ਜਾਂ ਫਿਰ ਕਰੈਕਿੰਗ ਜੋਕਸ ਔਰ ਰੀਡਿੰਗ ਗੁੱਡ ਐਗਜ਼ੈਂਪਲਸ ਤਾਂ ਬੇਟਾ ਇਨ ਇਹਨਾਂ ਕੁਐਸਚਨਸ ਦਾ ਆਪਾਂ ਆਨਸਰ ਦੇਣ ਵਾਸਤੇ ਪੈਸੇਸ ਨੂੰ ਪੜ੍ਹਦੇ ਹਾਂ ਆ ਮੈਨ ਮੇ ਵੀ ਵਿਟੀ ਐਂਡ ਯੈਟ ਨਾਟ ਪੋਸੈਸ ਮੱਚ ਹਿਊਮਰ ਕੋਈ ਵਿਅਕਤੀ ਹੈ ਜਿਹੜਾ ਉਹ ਵਿਟੀ ਹੋ ਸਕਦਾ ਹੈ ਬੁੱਧੀਮਾਨ ਹੋ ਸਕਦਾ ਹੈ ਪਰ ਕੋਈ ਜ਼ਰੂਰੀ ਨਹੀਂ ਹੈ ਕਿ ਉਸ ਵਿੱਚ ਹਿਊਮਰ ਹੋਵੇ ਹਿਊਮਰ ਇਜ਼ ਮੱਚ ਲਾਰਜਰ ਐਂਡ ਪ੍ਰੋਫਾਊਂਡਰ ਦੈਨ ਵਿਟ ਹਿਊਮਰ ਹੈ ਜਿਹੜਾ ਉਹ ਵਿਟ ਨਾਲੋਂ ਜ਼ਿਆਦਾ ਡੂੰਗਾ ਹੁੰਦਾ ਹੈ ਤੇ ਵੱਡਾ ਹੁੰਦਾ ਹੈ ਨੀਅਰਲੀ ਆਲ ਦਾ ਗ੍ਰੇਟੈਸਟ ਰਾਈਟਰਸ ਹੈਵ ਦਾ ਗਿਫਟ ਆਫ ਹਿਊਮਰ ਲਗਭਗ ਜਿੰਨੇ ਵੀ ਵੱਡੇ ਰਾਈਟਰ ਹੋਏ ਆ ਉਹਨਾਂ ਕੋਲੇ ਹਿਊਮਰ ਦਾ ਗਿਫਟ ਹੁੰਦਾ ਹੈ but like the pleasurable things of life wit and humor have their dangers par zindagi diyan jehdiyan khushiyan den waliyan cheezan ohna di tarah humor te vi wit te humor de vi apne khatre hunde and three of the commonest are those of being vulgar unkind and profane te ye jehde khatre ohna vichon tin jehde common khatre ho hege hai ashleel hona nirdai hona te apavitr hona in other words those who use those gifts of wit and humor must avoid vulgarity dusre shabdan de vich oh log jo wit te humor de gift da use karde hai onnanu ashleelta to bachna chahida hai must see that they do not hurt the feelings of others onnanu eh vi vekhna chahida hai ki dusre diyan bhavnaavan nu thes na pahchan must beware of jesting about sacred things te onnanu pavittar cheezan da ਮਜਾਕ ਉਡਾਨ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ। The only way in which you can acquire the right taste for what's good in the world of wit and humor is to read good examples. ਵਿਟ ਤੇ ਹਿਊਮਰ ਦੀ ਇਸ ਦੁਨੀਆ ਦੇ ਵਿੱਚ ਜੋ ਚੰਗਾ ਹੈ ਉਹਦਾ ਰਾਈਟ ਟੇਸਟ ਲੈਣ ਦੇ ਲਈ ਇੱਕੋ ਇੱਕ ਤਰੀਕਾ ਹੈ ਕਿ ਚੰਗੀਆਂ ਐਗਜ਼ੈਪਲਸ ਨੂੰ ਪੜਿਆ ਜਾਵੇ। ਆਫ ਵਿਚ देयर आर ਮੈਨੀ ਇਨ ਮੈਨੀ ਇਨ ਲਿਟਰੇਚਰ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਸਾਨੂੰ ਲਿਟਰੇਚਰ ਦੇ ਵਿੱਚ ਮਿਲਦੀਆਂ ਸ਼ੈਕਸਪੀਅਰ ਇਜ਼ ਅ ਮਾਈਂਡ ਇਨ ਹਿਮਸੈਲਫ ਐਂਡ ਸੋ ਇਜ਼ ਡਿਕਨਸ ਐਗਜ਼ਾਮਪਲ ਦੇ ਤੌਰ ਤੇ ਸ਼ੈਕਸਪੀਅਰ ਹੈ ਜੋ ਸ਼ੈਕਸਪੀਅਰ ਦਾ ਜੋ ਲਿਟਰੇਚਰ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਖਾਨ ਹੈ ਤੇ ਇਸੇ ਤਰ੍ਹਾਂ ਡਿਕਨਸ ਵੀ ਕੁਐਸਚਨ ਨੰਬਰ 4 ਦਾ ਆਨਸਰ ਦੇਖਦੇ ਹਾਂ ਵਿਟ ਐਂਡ ਹਿਊਮਰ ਹੈਵ देयर ਡੈਸ਼ ਆਲਸੋ ਤਾਂ ਆਪਣਾ ਰਾਈਟ ਆਨਸਰ ਕੀ ਆ ਰਿਹਾ ਹੈ ਡੇਂਜਰਸ ਨੈਕਸਟ ਹੈ ਕੁਐਸਚਨ 5 ਦੋਜ਼ ਹੂ ਹੈਵ ਗਿਫਟਸ ਆਫ ਵਿਟ ਐਂਡ ਹਿਊਮਰ ਮਸਟ ਅਵਾਇਡ ਉਹ ਲੋਕ ਜਿਨ੍ਹਾਂ ਕੋਲ ਵਿਟ ਤੇ ਹਿਊਮਰ ਦਾ ਗਿਫਟ ਹੁੰਦਾ ਹੈ ਉਹਨਾਂ ਨੂੰ ਕਿਸ ਚੀਜ਼ ਤੋਂ ਬਚਣਾ ਚਾਹੀਦਾ ਹੈ ਬੁਲਗੈਰਿਟੀ ਤੋਂ ਤਾਂ ਸਾਡੀ ਆਪਸ਼ਨ ਹੈ ਸੀ ਕੁਐਸਚਨ ਨੰਬਰ 6 ਵਨ ਕੈਨ ਅਕਵਾਇਰ ਦਾ ਰਾਈਟ ਟੇਸਟ ਫਾਰ ਵਿਟ ਐਂਡ ਹਿਊਮਰ ਬਾਈ ਕੋਈ ਵਿਅਕਤੀ ਵਿਟ ਤੇ ਹਿਊਮਰ ਦਾ ਰਾਈਟ ਟੇਸਟ ਕਿਵੇਂ ਪ੍ਰਾਪਤ ਕਰ ਸਕਦਾ ਹੈ ਤਾਂ ਸਾਡੀ ਜਿਹੜੀ ਰਾਈਟ ਆਪਸ਼ਨ ਹੈ ਉਹ ਹੈ ਬਾਈ ਰੀਡਿੰਗ ਗੁੱਡ ਐਗਜ਼ੈਂਪਲਸ ਆਪਸ਼ਨ ਡੀ ਕੁਐਸਚਨ ਨੰਬਰ 7 ਵਟ ਊਡ ਬੀ ਡਿਪਰਿਵਡ ਆਫ ਇਫ देयर ਵਾ ਰ ਨੋ ਵਿਟ ਐਂਡ ਹਿਊਮਰ ਜੇ ਵਿਟ ਤੇ ਹਿਊਮਰ ਨਾ ਹੁੰਦੇ ਤਾਂ ਅਸੀਂ ਕਿਸ ਚੀਜ਼ ਤੋਂ ਵਾਂਝੇ ਰਹਿ ਜਾਂਦੇ ਤਾਂ ਸਾਨੂੰ ਚਾਰ ਆਪਸ਼ਨਸ ਦਿੱਤੇ ਆ ਪਲੇਜ਼ਰ ਲਫਟਰ ਐਂਡ ਫਨ ਐਜੂਕੇਸ਼ਨ ਜਾਂ ਹੈਲਥ ਤਾਂ ਸਾਡੀ ਇਸ ਵਿੱਚ ਜੋ ਰਾਈਟ ਆਪਸ਼ਨ ਹੈ ਉਹ ਹੈ ਲਫਟਰ ਐਂਡ ਫਨ ਬੀ ਆਪਸ਼ਨ ਕਵੈਸਚਨ ਨੰਬਰ 8 ਵਾਟ ਡਸ ਹਿਊਮਰ ਡੀਲ ਵਿਦ ਹਿਊਮਰ ਕਿਸ ਚੀਜ਼ ਨਾਲ ਡੀਲ ਕਰਦਾ ਮਤਲਬ ਹਾਸੇ ਦਾ ਸਬੰਧ ਕਿਸ ਨਾਲ ਹੈ ਤਾਂ ਚਾਰ ਆਪਸ਼ਨਸ ਹੈ ਹਿਊਮਰ ਡੀਲਸ ਵਿਦ தி ਸਿਚੁਏਸ਼ਨਸ ਐਂਗਰ ਜਾਂ ਸਿਕਨਸ ਜਾਂ ਫੀਲਿੰਗਸ ਤਾਂ ਸਾਡੀ ਰਾਈਟ ਆਪਸ਼ਨ ਹੈ ਏ ਹਿਊਮਰ ਡੀਲਸ ਵਿਦ தி ਸਿਚੁਏਸ਼ਨਸ ਅਸੀਂ ਪੜਿਆ ਸੀ ਪੈਸੇਜਸ ਦੇ ਵਿੱਚ ਕਿ ਜੋ ਵਿਟ ਹੈ ਵਿਟ ਡੀਲਸ ਵਿਦ ਦ ਵਰਡਸ ਐਂਡ ਹਿਊਮਰ ਡੀਲਸ ਵਿਦ ਦ ਸਿਚੁਏਸ਼ਨਸ ਕਵੈਸਚਨ ਨੰਬਰ 9 바이 ਵਿਚ ਮੈਥਡ ਵੀ ਕੈਨ ਅਕਵਾਇਰ ਦਾ ਰਾਈਟ ਟੇਸਟ ਇਨ ਦਾ ਵਰਡ ਆਫ ਵਿਟ ਐਂਡ ਹਿਊਮਰ ਵਿਟ ਤੇ ਹਿਊਮਰ ਇਸ ਦੁਨੀਆ ਦੇ ਵਿੱਚ ਅਸੀਂ ਰਾਈਟ ਟੇਸਟ ਕਿਹੜੇ ਤਰੀਕੇ ਦੇ ਨਾਲ ਪ੍ਰਾਪਤ ਕਰ ਸਕਦੇ ਹਾਂ ਸਾਨੂੰ ਚਾਰ ਆਪਸ਼ਨਸ ਦਿੱਤੀਆਂ ਹੈਗੀਆਂ ਪਹਿਲਾ ਹੈਗਾ ਟੂ ਰੀਡ ਗੁੱਡ ਐਗਜ਼ੈਂਪਲਸ ਇਨ ਲਿਟਰੇਚਰ ਲਿਟਰੇਚਰ ਵਿੱਚ ਅੱਛੀਆਂ ਐਗਜ਼ੈਂਪਲਸ ਰੀਡ ਕਰਕੇ ਯਾ ਹੈਗਾ ਟੂ ਪ੍ਰੋਮੋਟ ਗੁੱਡ ਫੀਲਿੰਗਸ ਗੁੱਡ ਫੀਲਿੰਗਸ ਨੂੰ ਪ੍ਰੋਮੋਟ ਕਰਕੇ ਸੀ ਹੈਗਾ ਟੂ ਅਵੋਇਡ ਵਲਗੈਰਿਟੀ ਵਲਗੈਰਿਟੀ ਤੋਂ ਬਚ ਕੇ ਜਾਂ ਟੂ ਹੈਵ ਦਾ ਪਲੇਜਰਸ ਟੂ ਲਾਈਫ ਜ਼ਿੰਦਗੀ ਦੀਆਂ ਖੁਸ਼ੀਆਂ ਲੈ ਕੇ ਤਾਂ ਆਪਣੀ ਰਾਈਟ ਚੋਇਸ ਹੈ ਏ ਟੂ ਰੀਡ ਗੁੱਡ ਐਗਜ਼ਾਮਪਲਸ ਇਨ ਲਿਟਰੇਚਰ ਕੁਐਸਚਨ ਨੰਬਰ 10 ਡੋਨਟ ਇਨਡਲਜ਼ ਇਨ ਡੈਸ਼ ਟਾਕ ਕਿਸ ਤਰ੍ਹਾਂ ਦੀ ਗੱਲਬਾਤ ਦੇ ਵਿੱਚ ਨਾ ਉਲਜੋ ਚਾਰ ਆਪਸ਼ਨ ਹੈ ਵਲਗਰ ਡੀਸੈਂਟ ਮੋਟੀਵੇਸ਼ਨਲ ਔਰ ਜੈਂਟਲ ਤਾਂ ਸਾਡੀ ਰਾਈਟ ਆਪਸ਼ਨ ਹੈ ਏ ਵਲਗਰ ਵਲਗਰ मीनिंग ਘਟਿਆ ਅਸ਼ਲੀਲ ਗੱਲਬਾਤ ਦੇ ਵਿੱਚ ਨਾ ਉਲਜੋ ਡੀਅਰ ਸਟੂਡੈਂਟਸ ਆਈ ਹੋਪ ਤੁਹਾਨੂੰ ਇਹ ਸਾਰੇ ਕੁਐਸਚਨਸ ਅੱਛੀ ਤਰ੍ਹਾਂ ਸਮਝ ਆ ਗਏ ਹੋਣਗੇ ਥੈਂਕ ਯੂ ਹੈਵ ਅ ਨਾਈਸ ਡੇ